ਐਕਸਪਾਇਰੀ ਡੇਟ ਮੈਡੀਸਨ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਕੀਤਾ ਗਿਆ। ਆਂਗਣਵਾੜੀ ਵਰਕਰ ਦੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ ਨੇ। ਬੱਚਿਆਂ ਦੇ ਘਰ ਐਕਸਪਾਇਰੀ ਡੇਟ ਮੈਡੀਸਨ ਭੇਜੀ ਗਈ ਸੀ। ਸੰਗਰੂਰ ਦੇ ਪਿੰਡ ਗੋਬਿੰਦਪੁਰਾ ਜਵਾਹਰ ਵਾਲਾ ਦਾ ਇਹ ਪੂਰਾ ਮਾਮਲਾ ਹੈ। ਆਂਗਣਵਾੜੀ ਸੈਂਟਰ ਦੇ ਵੱਲੋਂ 0 ਤੋਂ 3 ਸਾਲ ਤੱਕ ਦੇ ਬੱਚਿਆਂ ਨੂੰ ਐਕਸਪਾਇਰੀ ਡੇਟ ਦੇ ਸਿਰ ਦੇ ਮਾਮਲੇ ਦੇ ਵਿੱਚ ਇਹ ਵੱਡਾ ਐਕਸ਼ਨ ਕੀਤਾ ਗਿਆ। ਪਿਛਲੇ ਦਿਨੀ ਇਹ ਮਾਮਲਾ ਸਾਹਮਣੇ ਆਇਆ ਸੀ ਕਿ ਆਂਗਣਵਾੜੀ ਸੈਂਟਰ ਦੇ ਵਿੱਚ ਆਉਣ ਵਾਲੇ ਛੋਟੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਐਕਸਪਾਇਰੀ ਡੇਟ ਦੀ ਮੈਡੀਸਨ ਘਰ ਭੇਜੀ ਗਈ ਸੀ, ਜਿਸ ਤੋਂ ਬਾਅਦ ਲੋਕਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਸਿਹਤ ਵਿਭਾਗ ਦੇ ਵੱਲੋਂ ਆਂਗਣਵਾੜੀ ਸੈਂਟਰ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਦਿੱਤਾ ਜਾਣ ਵਾਲਾ ਆਇਰਨ ਐਂਡ ਫੋਲਿਕ ਐਸਿਡ ਸਿਰਪ 2022 ਦੇ ਵਿੱਚ ਸਪਲਾਈ ਹੋਇਆ ਸੀ। ਉਸ ਤੋਂ ਬਾਅਦ 2023 ਅਤੇ 2024 ਦੇ ਵਿੱਚ ਵੀ ਇਸ ਦੀ ਸਪਲਾਈ ਆਂਗਣਵਾੜੀ ਸੈਂਟਰ ਦੇ ਵਿੱਚ ਦਿੱਤੀ ਗਈ, ਲੇਕਿਨ ਹੁਣ ਛੋਟੇ ਬੱਚਿਆਂ ਨੂੰ 2022 ਵਾਲੀ ਸਪਲਾਈ ਦੇਣ ਦੇ ਮਾਮਲੇ ਦੇ ਵਿੱਚ ਇਹ ਵੱਡਾ ਐਕਸ਼ਨ ਕੀਤਾ ਗਿਆ। ਉੱਥੋਂ ਦੀ ਆਂਗਣਵਾੜੀ ਵਰਕਰ ਦੀਆਂ ਸੇਵਾਵਾਂ ਨੇ ਜਿਹੜੀਆਂ ਖਤਮ ਕੀਤੀਆਂ ਗਈਆਂ ਨੇ। ਸੰਗਰੂਰ ਦੇ ਪਿੰਡ ਗੋਬਿੰਦਪੁਰਾ ਜਵਾਹਰ ਵਾਲਾ ਦਾ ਇਹ ਪੂਰਾ ਮਾਮਲਾ ਹੈ। ਜਿਹੜੀ ਵੀ ਮੈਡੀਸਨ ਹੈਲਥ ਡਿਪਾਰਟਮੈਂਟ ਦੀ ਤਰਫ ਤੋਂ ਡਿਸਟ੍ਰੀਬਿਊਟ ਹੋਈ ਸੀ, ਉਹ ਮੈਡੀਸਨ ਜ਼ਿਲ੍ਹਾ ਸਕੂਲ ਹੈਲਥ ਕਲੀਨਿਕ ਵੱਲੋਂ RBSK ਮੂਨਕ ਟੀਮ ਨੂੰ 1 ਅਗਸਤ 2022 'ਚ ਵੰਡੀ ਗਈ ਸੀ। ਉਸ ਤੋਂ ਬਾਅਦ 8 ਸਪਟੰਬਰ 2022 ਨੂੰ ਉਹ ਮੈਡੀਸਨ RBSK ਮੂਨਕ ਟੀਮ ਵੱਲੋਂ CDPO ਨੂੰ ਰਿਸੀਵ ਕਰਵਾਈ ਗਈ ਸੀ। ਸਾਡੇ ਕੋਲ ਪ੍ਰੋਪਰ ਰਿਕਾਰਡਸ ਹੈ ਉਸ ਚੀਜ਼ 'ਤੇ। ਉਸ ਤੋਂ ਬਾਅਦ ਹੀ ਇਹਦਾ ਪ੍ਰੋਸੀਜਰ ਕੀ ਹੁੰਦਾ ਹੁੰਦਾ ਕਿ CDPO ਨੇ ਵੱਖੋ ਵੱਖਰੀਆਂ ਆਂਗਣਵਾੜੀਆਂ ਜੋ ਉਹਨਾਂ ਦੇ ਏਰੀਏ 'ਚ ਪੈਂਦੇ ਉਹਨਾਂ 'ਚ ਡਿਸਟ੍ਰੀਬਿਊਟ ਕਰਨੀਆਂ ਨੇ, ਦੈਨ ਇਵੈਂਚੁਅਲੀ ਉਹਨਾਂ ਨੇ ਡਿਸਟ੍ਰੀਬਿਊਟ ਕੀਤੀ। ਤੋ ਹੈਲਥ ਡਿਪਾਰਟਮੈਂਟ ਦੀ ਤਰਫ ਤੋਂ ਉਸ ਤੋਂ ਬਾਅਦ ਵੀ ਆਇਰਨ ਸਿਰਪ 2 ਵਾਰ ਹੋਰ ਜਾ ਚੁੱਕਿਆ। ਰੀਸੈਂਟਲੀ ਹੁਣ 3 ਮਈ ਨੂੰ 2024 'ਚ ਦੁਬਾਰਾ ਤੋਂ ਡਿਸਟ੍ਰੀਬਿਊਟ ਹੋ ਚੁੱਕਿਆ ਆਂਗਣਵਾੜੀ CDPO ਆਫਿਸ 'ਚ। ਜਿਹੜਾ ਉਹ ਮੈਡੀਸਨ ਹੈ, ਉਹ ਜਿਹੜੀ ਰਿਪੋਰਟ ਹੈ, ਉਹ DPO ਡਿਪਾਰਟਮੈਂਟ ਤੋਂ ਰਿਪੋਰਟ ਆਉਂਦੀ ਹੈ, ਸਾਨੂੰ ਰਿਟਰਨ 'ਚ ਰਿਪੋਰਟ ਆਉਂਦੀ ਹੈ। ਜਿਹੜੀ ਜਿਹੜੀ ਕੰਜਪਸ਼ਨ ਸੀ ਉਹਨਾਂ ਦੀ ਤਰਫ ਤੋਂ ਸਾਨੂੰ ਨਿਲ ਆ ਰਹੀ ਸੀ ਕਿ ਕੰਜਪਸ਼ਨ ਹੋਊਗੀ ਨਿਲ ਹੈ, ਤਾਂ ਹੀ ਇਵੈਂਚੁਅਲੀ ਤਾਂ ਹੀ ਡਿਸਟ੍ਰੀਬਿਊਟ ਹੁੰਦੀ ਹੈ। ਨੈਕਸਟ ਜੋ ਬੈਚ ਹੁੰਦਾ ਨੈਕਸਟ ਤਾਂ ਹੀ ਡਿਸਟ੍ਰੀਬਿਊਟ ਹੁੰਦਾ, ਜਿੰਨੀ ਡਿਮਾਂਡ ਦੇ ਤੌਰ 'ਤੇ ਡਿਸਟ੍ਰੀਬਿਊਟ ਹੁੰਦੀ ਹੈ। ਇਹ ਜੋ ਮੈਡੀਸਨ ਹੈ ਇਹ ਹਫ਼ਤੇ 'ਚ 2 ਵਾਰ ਪਿਲਾਉਣੀ ਹੁੰਦੀ ਹੈ, 6 ਮਹੀਨੇ ਤੋਂ ਲੈ ਕੇ 59 ਮੰਥਸ ਤੱਕ ਦੇ ਬੱਚਿਆਂ ਨੂੰ 1 ml ਵੈਨਸਡੇ ਐਂਡ ਸੈਚਰਡੇ ਆਫਟਰ ਮੀਲ। ਆਈਡਲੀ ਜੋ ਹੈ ਆਈਡਲੀ ਕਿੱਦਾਂ ਹੋਣਾ ਹੁੰਦਾ ਕਿ ਇਹ ਜਿਹੜੀ ਮੈਡੀਸਨ ਹੈ ਇਹ ਡਿਸਟ੍ਰੀਬਿਊਟ ਕਿੱਦਾਂ ਕਰਨੀ ਹੁੰਦੀ ਹੈ, 1 ml ਦੇਣੀ ਹੈ ਬੱਚੇ ਨੂੰ, ਠੀਕ ਹੈ। ਬਟ ਫੀਲਡ ਲੈਵਲ 'ਤੇ ਗਰਾਊਂਡ ਲੈਵਲ 'ਤੇ ਕਿੱਦਾਂ ਹੁੰਦਾ, ਕਈ ਵਾਰ ਬੱਚੇ ਨਹੀਂ ਆਉਂਦੇ ਹੈ, ਤਾਂ ਅਗਰ ਬੱਚੇ ਆ ਰਹੇ ਹੈ ਫਿਰ ਤਾਂ ਉਹਨਾਂ ਨੂੰ ਆਂਗਣਵਾੜੀ 'ਤੇ ਹੀ ਪਿਲਾਉਣੀ ਹੈ। ਅਗਰ ਬੱਚੇ ਨਹੀਂ ਆ ਰਹੇ ਹੈ ਤਾਂ ਆਸ਼ਾ ਦੀ ਮਦਦ ਨਾਲ ਆਂਗਣਵਾੜੀ ਵਰਕਰ ਨੇ ਘਰ ਜਾ ਕੇ ਬੱਚਿਆਂ ਨੂੰ 1 ml BD ਦੇਣੀ ਹੈ, 1 ml ਮਤਲਬ BD ਇਨ ਅ ਵੀਕ। ਪੇਸ਼ੈਂਟਸ ਐਜੀਟੇਟ ਅਗਰ ਕਰਨਗੇ, ਡਿਪੈਂਡਸ ਅਪੋਨ ਪੇਸ਼ੈਂਟਸ ਰਿਸਪੋਂਡ ਐਂਡ ਵਿਲੇਜ ਰਿਸਪੋਂਡ, ਗਰਾਊਂਡ ਲੈਵਲ ਰਿਐਲਿਟੀ ਇਜ਼ ਸਮਥਿੰਗ ਡਿਫਰੈਂਟ। DPO ਸਰ ਨਾਲ ਕੱਲ੍ਹ ਵਰਬਲੀ ਗੱਲ ਹੋਈ ਸੀ, DPO ਸਰ ਪ੍ਰੋਪਰ ਇਹਦਾ ਪਲਾਨ ਆਊਟ ਕਰ ਰਹੇ ਹੈ, ਉਹਨਾਂ ਵੱਲੋਂ ਐਕਸ਼ਨ ਲਿਆ ਜਾ ਰਿਹਾ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਸਿਵਲ ਸਰਜਨ ਹੈਲਥ ਡਿਪਾਰਟਮੈਂਟ ਦੇ ਕੰਪਾਈਲ ਐਫਰਟਸ ਨਾਲ ਜੋ ਵੀ ਹੋਊਗਾ ਤੁਹਾਨੂੰ ਇਵੈਂਚੁਅਲੀ ਦੱਸ ਦਿੱਤਾ ਜਾਊਗਾ। ਪ੍ਰਦੀਪ ਸਿੰਘ ਗਿੱਲ, DPO ਸੰਗਰੂਰ। 8 ਮਈ ਨੂੰ ਵੱਖ ਵੱਖ ਨਿਊਜ਼ ਚੈਨਲਾਂ ਅਤੇ ਨਿਊਜ਼ ਪੇਪਰ ਰਾਹੀਂ ਸਾਨੂੰ ਇੱਕ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਬਲਾਕ ਲਹਿਰਾ ਦੇ ਪਿੰਡ
ਗੋਬਿੰਦਪੁਰਾ ਜਵਾਰਵਾਲਾ ਦੇ ਆਂਗਣਵਾੜੀ ਵਰਕਰਾਂ ਵੱਲੋਂ ਉੱਥੋਂ ਦੇ 0 ਤੋਂ 3 ਸਾਲ ਦੇ ਬੱਚਿਆਂ ਨੂੰ ਆਇਰਨ ਫੋਲਿਕ ਐਸਿਡ ਸ਼ਿਰਪ ਦੀਆਂ ਸ਼ੀਸ਼ੀਆਂ ਐਕਸਪਾਇਰਡ ਜੋ ਕਿ ਐਕਸਪਾਇਰ ਡੇਟ ਦੀਆਂ ਸੀਗੀਆਂ ਉਹ ਵੰਡੀਆਂ ਗਈਆਂ ਸਨ, ਜਿਸ ਦੀ ਵਿਭਾਗ ਵੱਲੋਂ ਪਿੰਡ ਪੱਧਰ 'ਤੇ ਜਾਂਚ ਕਰਵਾਈ ਗਈ ਅਤੇ ਜਾਂਚ ਵਿੱਚ ਪਾਇਆ ਗਿਆ ਕਿ ਇਹ ਲੈਪਸ ਆਂਗਣਵਾੜੀ ਵਰਕਰ ਦੇ ਲੈਵਲ 'ਤੇ ਸੀਗਾ, ਜਿਸ 'ਤੇ ਵਿਭਾਗ ਵੱਲੋਂ ਸਖ਼ਤ ਕਾਰਵਾਈ ਕਰਦਿਆਂ ਅੱਜ ਪਿੰਡ ਦੀਆਂ ਦੋਨੋਂ ਆਂਗਣਵਾੜੀ ਵਰਕਰਸ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਗਈਆਂ ਨੇ। ਇੱਥੇ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਫਿਊਚਰ ਦੇ ਵਿੱਚ ਕਿਸੇ ਫੀਲਡ ਸਟਾਫ ਵੱਲੋਂ ਇੱਦਾਂ ਦਾ ਕੋਈ ਲੈਪਸ ਅਗਰ ਹੁੰਦਾ ਹੈ ਤਾਂ ਉਸ 'ਤੇ ਵੀ ਸਖ਼ਤ ਕਾਰਵਾਈ ਕੀਤੀ ਜਾਵੇ।